अहम खबर पटियाला तो जिथे तेज बाग कलोनी दे विच दिल दहलाउण वाली घटना सामने आई है। इथे एक मामे वालों अपनी 3 साला पांची दा कतल कर दिता गया। जी हाँ, पटियाला दे विच एक मामे दे वालों अपनी ही 3 साला पांची दा कतल कर दिता गया। दसिया जा रहा है कि इस मामे ने तेज धार हथियार दे नाल अपनी पांची दा कतल करके मौत दे घाट उतार दिता। बेरहमी दे नाल कतल कीता गया इस बच्ची दा, इस मासूम दा। दिल दहलाउण वाली, दिल कंबाउण वाली घटना पटियाला तो सामने आई है। फिलहाल पुलिस मौके ते पहुंची, मामले दी जांच कीती ते मामे नु गिरफ्तार कीता गया। दस्या जा रहा है कि कुछ दिन पहला ही अपने पेके घर आई सी इस मुलजम दी भैण, पर उस नु इस गल दा अंदाजा भी नहीं होना कि उस दी बच्ची दे नाल इस तरह दी घटना वापरेगी ते ओ इस दुनिया तो चली जाएगी। मुलजम नु फिलहाल पुलिस ने गिरफ्तार करके अगली कार्रवाई शुरू कर दी गई है। ਇੱਥੇ ਤੇਜ਼ਬਾਗ ਕਲੋਨੀ ਅੱਜ ਸਵੇਰੇ ਇੱਕ ਸਾਡੇ ਤੇਜ਼ਬਾਗ ਕਲੋਨੀ ਹਾਊਸ ਨੰਬਰ 1 ਗਲੀ ਨੰਬਰ 1 ਜੋ ਤੇਜ਼ਬਾਗ ਕਲੋਨੀ ਕ੍ਰਿਸ਼ਨ ਕੁਮਾਰ ਜੀ ਦੇ ਘਰੇ ਉਹਨਾਂ ਦੀ ਇੱਕ 3.5 ਸਾਲ ਦੀ ਬੇਟੀ ਸੀ, ਨਹੀਂ ਉਹਦੀ ਦੋਤਰੀ ਹੈ 3.5 ਸਾਲ ਦੀ, ਉਹਦਾ ਮਰਡਰ ਹੋ ਗਿਆ। ਇਹ ਮਰਡਰ ਉਹਦੇ ਮਾਮੇ ਨੇ ਕੀਤਾ, ਪੰਕਜ ਉਹਦਾ ਨਾਮ ਹੈ, ਸਨ ਆਫ ਕ੍ਰਿਸ਼ਨ ਕੁਮਾਰ। ਅਤੇ ਉਹਨੇ ਮਤਲਬ ਉਹਨਾਂ ਦਾ ਮਰਡਰ ਕਰਤਾ। ਜਦੋਂ ਅਸੀਂ ਉਹ ਬੋਡੀ ਲੈ ਕੇ ਗਏ ਉੱਥੇ ਹੋਸਪਿਟਲ, ਤਾਂ ਉਹਨਾਂ ਨੇ ਡੈੱਡ ਮਤਲਬ ਕੀਤਾ, ਡਿਕਲੇਅਰ ਕਰ ਉਹ ਜੀ ਕਿਸੇ ਤਿੱਖੀ ਚੀਜ਼ ਨਾਲ ਢਿੱਡ 'ਚ ਮਾਰ ਕੇ ਕੀਤਾ ਜੀ। ਹਾਂਜੀ, ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜੀ ਇਸ ਲਈ ਗੱਲ ਸਾਹਮਣੇ ਆਊਗੀ। ਅਤੇ ਕੋਈ ਤਿੱਖੀ ਚੀਜ਼ ਮਾਰ ਕੇ ਮਤਲਬ ਢਿੱਡ ਦੇ ਵਿੱਚ ਕਾਫੀ ਮਤਲਬ ਉਹਦੇ ਨਿਸ਼ਾਨ ਹੈ ਤਿੱਖੀ ਚੀਜ਼ ਦੇ, ਤਿੱਖੀ ਚੀਜ਼ ਮਾਰ ਕੇ ਕੀਤਾ। ਕੋਈ ਕਾਰਨ ਪਤਾ ਲੱਗਿਆ ਕਿਉਂ ਮਾਰੇ ਇਹਨੇ? ਕਾਰਨ ਜੀ ਬਾਕੀ ਤਾਂ ਤਫਤੀਸ਼ ਜਾਰੀ ਹੈ। ਬਾਕੀ ਉਹਨਾਂ ਦੇ ਮੁੰਡੇ ਦੀ ਜਿਹੜੀ ਮਦਰ ਹੈ ਉਹਦਾ ਕਹਿਣਾ ਵੀ ਇਹ ਥੋੜ੍ਹਾ ਜਿਹਾ ਡਿਪਰੈਸ਼ਨ ਚੱਲ ਰਿਹਾ ਸੀਗਾ। ਬਾਕੀ ਜੋ ਡਾਕਟਰ ਦੀ ਰਿਪੋਰਟ ਹੋਊਗੀ ਜੋ ਦੇਖ ਕੇ ਦਿਖਾ। ਉਹਦੀ ਭਾਂਜੀ ਲੱਗਦੀ ਸੀ, ਉਹ ਮਾਮਾ ਸੀਗਾ, ਇਹ ਕਪੂਰਥਲੇ ਤੋਂ ਆਈ ਸੀ। ਇਹਦੇ ਫਾਦਰ ਦਾ ਆਪਰੇਸ਼ਨ ਸੀਗਾ ਕ੍ਰਿਸ਼ਨ ਕੁਮਾਰ ਦਾ, ਉਹਦੇ ਇਲਾਜ ਵਾਸਤੇ ਆਈ ਹੋਈ ਸੀ ਅਤੇ 2 ਦਿਨ ਪਹਿਲਾਂ ਹੀ ਇਹਨਾਂ ਦਾ ਹਸਬੈਂਡ ਛੱਡ ਕੇ ਗਏ ਸੀਗੇ। ਅਤੇ ਉਹ ਫਿਰ ਬਿਆਨ ਲਿਖ ਕੇ ਕਾਰਵਾਈ ਕਰਾਂਗੇ ਜੀ। ਨਹੀਂ ਜੀ, ਉਹ ਜੇ ਦੇਖਦੇ ਆ ਕਿ ਪਬਜੀ ਖੇਡਦਾ ਸੀਗਾ, ਕੀ ਖੇਡਦਾ ਸੀਗਾ, ਇਹ ਵੀ ਪਤਾ ਲੱਗਿਆ। ਪਹਿਲਾਂ ਇਹ ਬਿਜਲੀ ਬੋਰਡ 'ਚ ਇੰਪਲਾਈ ਵੀ ਸੀਗਾ, SDO ਸੀਗਾ, ਪਰ ਇਹਦੇ ਕਰਕੇ ਨੌਕਰੀ ਛੱਡਤੀ ਸੀ ਕਾਫੀ 2012 ਤੋਂ ਪਹਿਲਾਂ ਨੌਕਰੀ ਛੱਡਤੀ ਸੀ ਇਹਨੇ। 5-7 ਸਾਲ ਉੱਥੇ ਬਿਜਲੀ ਬੋਰਡ 'ਚ ਵੀ SDO ਰਿਹਾ। ਪਟਿਆਲਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।